ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਅੱਜ ਅਸੀਂ ਖੜੇ ਹੋਏ ਜੀ ਯਮੁਨਾ ਨਗਰ ਦੇ ਵਿੱਚ ਨੀਅਰ ਫੁਆਰਾ ਚੌਕ ਐਂਡ ਇੱਥੇ ਹੈਗਾ ਯਮੀ ਡੋਸਾ ਪੁਆਇੰਟ ਲੋਕੇਸ਼ਨ ਹੈਗੀ ਹੈ ਜੀ ਫੁਆਰਾ ਚੌਕ ਇਸ ਸਾਈਡ ਆ ਤੇ ਪਿੱਛੇ ਆ ਦੇਖੋਗੇ ਤੁਸੀਂ ਨਗਰ ਨਿਗਮ ਦਾ ਕਮੇਟੀ ਘਰ ਹੈਗਾ ਕਮੇਟੀ ਘਰ ਦੇ ਬਿਲਕੁਲ ਸਾਹਮਣੇ ਆ ਕੇ ਤੁਹਾਨੂੰ ਇਹ ਦਿਖੇਗਾ ਸ਼ਾਮ ਦੇ ਟਾਈਮ ਡੋਸਾ ਪੁਆਇੰਟ ਲੱਗਦਾ ਆਪਾਂ ਚੱਲ ਕੇ ਭਾਈ ਨਾਲ ਗੱਲ ਕਰਦੇ ਕੀ ਹਾਲ ਆ ਭਾਜੀ ਵਧੀਆ ਭਾਜੀ ਕੀ ਨਾਮ ਹੈ ਜੀ ਆਪਣਾ ਆਪਣਾ ਨਾਮ ਰਾਜੂ ਹੈ ਜੀ ਰਾਜੂ ਹਾਂਜੀ ਤੁਸੀਂ ਚਲਾ ਰਹੇ ਹੋ ਭਾਜੀ ਹੈ ਹਾਂਜੀ ਕਿੰਨਾ ਟਾਈਮ ਹੋ ਗਿਆ ਚਲਾਉਂਦੇ ਆ ਮੇਰੇ ਕੋ 7-8 ਸਾਲ ਹੋ ਗਏ ਭਾਈ ਸਾਹਿਬ 7-8 ਸਾਲ ਹਾਂਜੀ ਤੇ ਭਾਈ ਪਿੱਛੇ ਜਿਹੜਾ ਇਹਨਾਂ ਮੇਲਾ ਲਾਇਆ ਕੀ ਗੱਲ ਭਾਈ ਸਾਹਿਬ ਡੋਸਾ ਵੇਚ ਰਹੇ ਆ ਕੁਆਲਿਟੀ ਕੀ ਹੈ ਹਾਂਜੀ ਕੁਆਲਿਟੀ ਫੁੱਲ ਕੁਆਲਿਟੀ ਕਿਹੜਾ ਕਿਹੜਾ ਡੋਸਾ ਬਣਾ ਰਹੇ ਹੋ ਭਾਈ ਮੈਨੂੰ ਬੜੀ ਇੱਥੇ ਹੈ ਮੈਨੂੰ ਇਹ ਲੱਗਾ ਜੀ ਆ ਲੱਗਾ ਮੈਨੂੰ ਕਾਰਡ ਤੇ ਇਹਨਾਂ ਕੋਲ ਸਾਰੇ ਡੋਸੇ ਆ ਜੀ ਆ ਦੇਖੋ ਮਟਰ ਵਾਲਾ ਅਨੀਅਨ ਹੈਗਾ ਪਨੀਰ ਹੈਗਾ ਮਸਾਲਾ ਹੈਗਾ ਪਨੀਰ ਬਟਰ ਵੀ ਹੈਗਾ ਆਪਾਂ ਕਿਹੜਾ ਖਾਈਏ ਭਾਜੀ ਸਾਨੂੰ ਕਿਹੜਾ ਟੇਸਟ ਕਰਾਉਂਗੇ ਹਾਂਜੀ ਆਪਾਂ ਕਿਹੜਾ ਖਾਈਏ ਮਸਾਲਾ ਖਾ ਲਓ ਜੀ ਮਸਾਲਾ ਖਾਈਏ ਹਾਂਜੀ ਮਸਾਲਾ ਖਾ ਲਓ ਕਿਹੜੇ ਬਣ ਰਹੇ ਜੀ ਇਹ ਪਨੀਰ ਵਾਲੇ ਹੈਗੇ ਜੀ ਸਾਰੇ ਹਾਂਜੀ ਸਾਰੇ ਪਨੀਰ ਬਣਨਗੇ ਜੀ ਕੀ ਬਾਤ ਹੈ ਭਾਜੀ ਤੇ ਆ ਦੇਖੋ ਬਰਸਾਤ ਹੋ ਰਹੀ ਹੈ ਕਦੇ ਪਨੀਰ ਦੀ ਹੋ ਰਹੀ ਹੈ ਕਦੇ ਧਨੀਏ ਦੀ ਹੋ ਰਹੀ ਹੈ ਆ ਲਓ ਜੀ ਤੇ ਕਦੇ ਮਟਰਾਂ ਦੀ ਹੋ ਰਹੀ ਹੈ ਭਾਈ ਥੋੜੀ ਸਾਡੇ ਕੋਲ ਪਾਣੀ ਵੀ ਕਰਾ ਲਓ ਸਾਡੇ ਇਲਾਕੇ 'ਚ ਜੀ ਤੇ ਸਾਰੀ ਬਰਸਾਤ ਤੁਸੀਂ ਲੈ ਲਈ ਬਰਸਾਤ ਆਈ ਨਹੀਂ ਆ ਦੇਖੋ ਆ ਤਿਆਰ ਹੈ ਇਹਦਾ ਕੀ ਪ੍ਰਾਈਸ ਦੰਦਾ ਭਾਈ ਇਹਦਾ ਪ੍ਰਾਈਸ 60 ਰੁਪਏ ਜੀ 60 ਰੁਪਏ ਹਾਂਜੀ ਠੀਕ ਹੈ ਜੀ ਤੇ ਭਾਈ ਸਾਰੇ ਪੈਕ ਹੋ ਰਹੇ ਆ ਹਾਂਜੀ ਸਾਰੇ ਪੈਕ ਤੇ ਜਿਹੜੇ ਪਿੱਛੇ ਕਸਟਮਰ ਬੈਠੇ ਉਹਨਾਂ ਦੇ ਨਵੇਂ ਬਣਣਗੇ ਹਾਂਜੀ ਇਸ ਤੋਂ ਬਾਅਦ ਮਤਲਬ ਇੱਕ ਮਿੰਟ ਚ ਮੈਨੂੰ ਇੱਕ ਘੰਟੇ ਚ ਮੈਨੂੰ ਲੱਗਦਾ ਕਿੰਨੇ ਕੁ ਬਣ ਜਾਂਦੇ ਭਾਈ ਆਪਣੇ ਘੰਟੇ ਚ ਬਣ ਜਾਂਦੇ ਜੀ 30-40 ਪੀਸ ਹੋ ਜਾਂਦੇ ਇੱਕ ਘੰਟੇ 40 ਹਾਂਜੀ 40 ਡੋਸੇ ਇੱਕ ਘੰਟੇ ਦੇ ਵਿੱਚ ਲੱਗਦੇ ਨੇ ਪਨੀਰ ਵਾਲੇ ਤੁਹਾਡੇ ਹੀ ਸੀਗੇ ਆ ਬੱਚਿਆਂ ਨੇ ਖਾਣੇ ਅੰਕਲ ਜੀ ਨੇ ਤਾਂ ਹੁਣ ਕਿਹੜਾ ਬਣਾ ਲੱਗੇ ਹੋ ਭਾਈ ਹਲੇ ਵੀ ਹੈਗੇ ਬਟਰ ਪਨੀਰ ਵੀ ਹੈਗੇ ਮਿਕਸ ਹੈਗੇ ਸਾਰੇ ਅੱਛਾ ਹੁਣ ਸਾਡਾ ਮਸਾਲੇ ਵਾਲਾ ਲਾਓਗੇ ਹਾਂਜੀ ਲਾਣ ਲੱਗੇ ਠੀਕ ਹੈ ਆ ਲਓ ਜੀ ਸਾਡਾ ਮਸਾਲੇ ਵਾਲਾ ਡੋਸਾ ਹੁਣ ਲੱਗਣ ਲੱਗਿਆ ਸਾਡਾ ਤਿਆਰ ਹੋਏਗਾ ਡੋਸਾ ਹੁਣ ਤੇ ਭਾਈ ਆਲੂ ਕਰੋ ਤਿਆਰ ਕਰਕੇ ਲਾਉਂਦੇ ਹੋ ਹਾਂਜੀ ਹਾਂਜੀ ਆਲੂ ਕਰੋ ਲਾਉਂਦੇ ਜੀ ਠੀਕ ਹੈ ਠੀਕ ਹੈ ਤੇ ਆ ਕੀ ਲਾਇਆ ਹੁਣ ਰਿਫਾਈਂਡ ਆ ਤੇਲ ਹਾਂਜੀ ਰਿਫਾਈਂਡ ਹੈ ਜੀ ਰਿਫਾਈਂਡ ਹੈ ਰਿਫਾਈਂਡ ਦੇ ਵਿੱਚ ਬਣਾਏ ਜਾ ਰਹੇ ਹਨ ਹਾਂਜੀ ਠੀਕ ਹੈ ਠੀਕ ਹੈ ਤੇ ਉਸ ਤੋਂ ਇਲਾਵਾ ਭਾਈ ਸਾਂਬਰ ਵੜਾ ਤੇ ਇਡਲੀ ਵੀ ਹੈਗੀ ਆਪਣੇ ਕੋਲ ਇਡਲੀ ਆਪਣਾ ਬੰਦ ਰੱਖੀ ਫਿਲਹਾਲ ਸਾਂਬਰ ਵੜਾ ਹੈਗਾ ਅੱਛਾ ਅੱਛਾ ਸਾਂਬਰ ਵੜਾ ਹਾਂਜੀ ਠੀਕ ਹੈ ਜੀ ਲਿਖਾਉਂਗੇ ਸਾਂਬਰ ਵੜਾ ਇੱਕ ਵਾਰ ਚੈੱਕ ਕਰਾਉਂਗੇ ਬਿਲਕੁਲ ਚੈੱਕ ਹੁਣ ਆਪਾਂ ਸਾਂਬਰ ਵੜਾ ਵੀ ਚੈੱਕ ਕਰਨ ਵਾਲੇ ਹਾਂ ਦੇਖੋ ਜੀ ਮੱਖਣ ਨਾਲ ਤੜਕਾ ਲਾਇਆ ਜਾ ਰਿਹਾ ਆਲੂਆਂ ਨੂੰ ਆ ਦੇਖੋ ਮੈਂ ਯਾਰ ਤੁਸੀਂ ਕੱਲ ਦੇਖੋ ਜਿਹੜੀ ਮੈਨੂੰ ਵਧੀਆ ਲੱਗ ਰਹੀ ਇੱਥੇ ਆ ਕੇ ਆਲੂਆਂ ਦੀ ਸਟਫਿੰਗ ਦੇਖੋ ਕਿੰਨੀ ਜ਼ਿਆਦਾ ਪਈ ਜਾ ਰਹੀ ਹੈ ਕੋਈ ਕੰਜੂਸੀ ਨਹੀਂ ਵਰਤੀ ਜਾ ਰਹੀ ਖੁੱਲੇ ਦਿਲ ਨਾਲ ਭਾਈ ਕੰਮ ਕਰ ਰਹੇ ਨੇ ਆ ਭਾਈ ਹਾਂਜੀ ਬਿਲਕੁਲ ਤੇ ਆਵਲੇ ਭਾਈ ਇਹ ਮਤਲਬ ਅਲੱਗ ਕਿਤੇ ਤੁਸੀਂ ਇਹਦਾ ਕੀ ਰੀਜ਼ਨ ਹੈ ਨਾ ਇਹਦਾ ਪ੍ਰਾਈਸ 70 ਰੁਪਏ ਦਾ ਹੈ ਅੱਛਾ ਬਟਰ ਪਾ ਕੇ ਹਾਂਜੀ ਬਟਰ ਪਾ ਕੇ ਮੱਖਣ ਵਾਲੇ 70 ਰੁਪਏ ਦੇ ਆ ਤੇ ਬਾਕੀ ਸਾਰੇ 60 ਰੁਪਏ ਦੇ 60 ਰੁਪਏ ਤੇ 50 ਰੁਪਏ 60 ਰੁਪਏ ਤੇ 50 ਰੁਪਏ ਠੀਕ ਹੈ ਹਾਂਜੀ ਅੱਛਾ ਇਹ ਸਾਰਾ ਤੁਸੀਂ ਮੱਖਣ ਪਾ ਕੇ ਨਵੇਂ ਇਕਲ ਇਸ ਪਾਤਾ ਹੈ ਹਾਂਜੀ ਆ ਦੇਖੋ ਆ ਦੇਖੋ ਯਾਰ ਕੀ ਬਾਤ ਹੈ ਨਹੀਂ ਜੀ ਬੋਲੋ ਕਿਤਨੇ ਤੇ ਆ ਦੇਖੋ ਸਾਂਬਰ ਵੜਾ ਆ ਗਈ ਆ ਦੇਖੋ ਆਹ ਵੜਾ ਦੇਖੋ ਕਿੰਨਾ ਵਧੀਆ ਲੱਗਦਾ ਯਾਰ ਲਾਈਟ ਬਾਲ ਲਈ ਹੈ ਤੇ ਆ ਸਾਡਾ ਸਾਂਬਰ ਆ ਗਿਆ ਜੀ ਪਹਿਲੇ ਆਪਾਂ ਸਾਂਬਰ ਵੜਾ ਟੇਸਟ ਕਰਦੇ ਆ ਦੋ ਪੀਸਿਸ ਆਏ ਹੋਏ ਨੇ ਪਨੀਰ ਪਾਇਆ ਹੋਇਆ ਧਨੀਆ ਪਾਇਆ ਹੋਇਆ ਕਾਫੀ ਵਧੀਆ ਇਹਨਾਂ ਨੇ ਪ੍ਰਿਪੇਅਰ ਕਰਕੇ ਦਿੱਤਾ ਤੇ ਆਪਾਂ ਇਹਨੂੰ ਕਰਦੇ ਆ ਹੁਣ ਟੇਸਟ ਆਹਾ ਜਮੀ ਸੌਫਟ ਪਿਆ ਗਰਮ ਬਹੁਤ ਆ ਯਾਰ ਧੂੰਆਂ ਦੇਖੋ ਕਿਵੇਂ ਨਿਕਲ ਰਿਹਾ ਕਿਉਂਕਿ ਉੱਥੇ ਜਿਹੜੀ ਉਹ ਗੈਸ ਹੈ ਨਾ ਉਹ ਪਰਮਾਨੈਂਟ ਗੈਸ ਚੱਲ ਰਹੀ ਹੈ ਵਧੀਆ ਯਾਰ ਸਵਾਦ ਬਣਾ ਆ ਦੇਖੋ ਥੋੜੀ ਜਿਹੀ ਸੌਸ ਵਾਲਾ ਟੇਸਟ ਕਰਦਾ ਇਹ ਇਧਰੋਂ ਦੀ ਇਹਦੇ ਸਾਰਾ ਕੁਝ ਆ ਗਿਆ ਮਿਰਚ ਵੀ ਆ ਗਈ ਅੰਬਰ ਵੀ ਆ ਗਿਆ ਸੌਸ ਵੀ ਆ ਗਈਆਂ ਨੇ ਵਾਹ ਸਵਾਦ ਆਇਆ ਕਾਫੀ ਵਧੀਆ ਬਣਾ ਯਾਰ ਸਵਾਦ ਸਾਡਾ ਡੋਸਾ ਆ ਗਿਆ ਸਾਡੇ ਕੋਲ ਮਸਾਲਾ ਡੋਸਾ ਪਹਿਲਾਂ ਤਾਂ ਦੇਖਦੇ ਹਾਂ ਅੱਛਾ ਪਨੀਰ ਵੀ ਪਾਇਆ ਹੋਇਆ ਯਾਰ ਕੀ ਬਾਤ ਹੈ ਮੇਰਾ ਦਿਲ ਕਰ ਰਿਹਾ ਇਹਨੂੰ ਐਵੇਂ ਖਾਦਾ ਨਾਰੀਅਲ ਦੀ ਚਟਨੀ ਨਾਲ ਸਵਾਦ ਹੈ ਯਾਰ
सांभर वधिया आपका पहले भी टेस्ट कर लिया, वड़ा भी काफी वधिया, डोसा भी काफी वधिया, क्या चटनी, हाय हाय क्या बात है। ते आ देखो यार ये जड़ा अंदर का स्टाफ है ना, ओवरलोड होया पाया, इन्हें ही सारे कस्टमर उठाए हुए हैं, एक बार देखो किन्ने बैठे हुए हैं कस्टमर, आ देखो एक्सपीरियंस साडा काफी वधिया रहा जी, काफी वधिया रहा, तुसीं इत्थे आ सकते हो ते इवें दा वधिया डोसा खा सकते हो। जिन्हां नाल आना चाहुंदे हो ना उन्हां नाल वीडियो शेयर कर दिओ, मिलदे हां नवीं वीडियो ते, उस सार नूं प्यार परिशिश कर, अब रखा बाय बाय।